ਸਤਿ ਸ਼੍ਰੀ ਅਕਾਲ ਮੈਂ ਹਾਂ ਅਮ੍ਰਿਤ ਵਿਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇ ਸਾਰੇ ਹੀ ਦਰਸ਼ਕਾਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਜੋ ਨਜ਼ਾਰਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਸੋਹਣੀਆਂ ਸੋਹਣੀਆਂ ਰੱਖੜੀਆਂ ਦੇ ਕੇ ਸਮਝ ਗਏ ਹੋਵੋਗੇ ਕਿ ਅੱਜ ਅਸੀਂ ਵੀ ਜਿਹੜਾ ਹੈ ਰੱਖੜੀ ਦਾ ਤਿਉਹਾਰ ਮਨਾ ਰਹੇ ਹਾਂ ਤੇ ਸਿਰਫ ਅਸੀਂ ਹੀ ਨਹੀਂ ਜਿਹੜੀ ਪੂਰੀ ਦੁਨੀਆ ਅੱਜ ਹੈ ਉਹ ਰੱਖੜੀ ਦਾ ਤਿਉਹਾਰ ਮਨਾ ਰਹੀ ਹੈ। ਇੱਕ ਅਜਿਹਾ ਤਿਉਹਾਰ ਹੈ ਜਿਹੜਾ ਸਿਰਫ ਭੈਣ ਭਰਾ ਦੇ ਰਿਸ਼ਤੇ ਦੇ ਉੱਪਰ ਹੀ ਨਹੀਂ ਟਿਕਿਆ ਹੋਇਆ ਬਲਕਿ ਵੈਸੇ ਵੀ ਦੁਨੀਆ ਦਾ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਤਿਉਹਾਰ ਮੰਨਿਆ ਜਾਂਦਾ ਹੈ, ਬਹੁਤ ਕਲਰਫੁੱਲ ਤਿਉਹਾਰ ਇਹਨੂੰ ਕਿਹਾ ਜਾਂਦਾ ਹੈ। ਅਤੇ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਜਾ ਰਹੇ ਹਾਂ ਉਸੇ ਤਰ੍ਹਾਂ ਇਸ ਤਿਉਹਾਰ ਦੀ ਜਿਹੜੀ ਰੌਣਕ ਹੈ ਉਹ ਰੰਗਤ ਹੈ ਉਹ ਵੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਕਦੇ ਇੱਕ ਧਾਗਾ ਜਿਹੜਾ ਹੁੰਦਾ ਸੀਗਾ ਉਹ ਰੱਖੜੀ ਹੁੰਦੀ ਸੀਗੀ ਅਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਜਿਹੜਾ ਹਜ਼ਾਰਾਂ ਤਰ੍ਹਾਂ ਦੀ ਵਰਾਇਟੀ ਜਿਹੜੀ ਹੈ ਰੱਖੜੀਆਂ ਦੀ ਆ ਚੁੱਕੀ ਹੈ। ਬਹੁਤ ਸੋਹਣੀਆਂ ਰੱਖੜੀਆਂ ਜਿਹੜੀਆਂ ਨੇ ਉਹ ਬਾਜ਼ਾਰ ਦੇ ਵਿੱਚ ਆਈਆਂ ਹੋਈਆਂ ਨੇ, ਧਾਗੇ ਤੋਂ ਲੈ ਕੇ ਚੰਦਨ ਵਾਲੀ ਰੱਖੜੀ, ਬੱਚਿਆਂ ਦੇ ਲਈ ਜਿਹੜੀਆਂ ਸਪੈਸ਼ਲ ਰੱਖੜੀਆਂ ਆਈਆਂ ਹੋਈਆਂ ਨੇ, ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸੋਹਣੀਆਂ ਰੱਖੜੀਆਂ। ਸਭ ਤੋਂ ਪਹਿਲਾਂ ਤੁਸੀਂ ਵੀ ਦੇਖੋ ਬਾਜ਼ਾਰ ਦਾ ਇੱਕ ਨਜ਼ਾਰਾ। ਨਜ਼ਾਰਾ ਤਾਂ ਤੁਸੀਂ ਦੇਖ ਲਿਆ, ਕਿੰਨਾ ਸੋਹਣਾ ਨਜ਼ਾਰਾ ਹੈ ਜਿਹੜੇ ਬਾਜ਼ਾਰ ਦੇ ਵਿੱਚ ਰੱਖੜੀਆਂ ਆਈਆਂ ਹੋਈਆਂ ਨੇ, ਰੰਗ ਬਿਰੰਗੀਆਂ ਰੱਖੜੀਆਂ, ਵੱਖ ਵੱਖ ਤਰ੍ਹਾਂ ਦੇ ਡਿਜ਼ਾਈਨ ਦੀਆਂ ਰੱਖੜੀਆਂ ਜਿਹੜੀਆਂ ਆਈਆਂ ਹੋਈਆਂ ਨੇ ਬਹੁਤ ਆਕਰਸ਼ਕ ਕਰ ਰਹੀਆਂ ਨੇ ਆਪਣੇ ਵੱਲ ਨੂੰ। ਅਤੇ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਜਾਂ ਮੈਂ ਕਹਿ ਲਵਾਂ ਕਿ ਭੈਣਾਂ ਜਿਹੜੀਆਂ ਨੇ ਆਪਣੇ ਭਰਾਵਾਂ ਦੇ ਲਈ ਰੱਖੜੀ ਲੈਣ ਦੇ ਲਈ ਆਈਆਂ ਹੋਈਆਂ ਨੇ, ਖਰੀਦਦਾਰੀ ਕਰ ਰਹੀਆਂ ਨੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਕੀ ਨਾਮ ਹੈ? ਪ੍ਰਤੀਕਸ਼ਾ। ਪ੍ਰਤੀਕਸ਼ਾ, ਕਿੰਨੀਆਂ ਰੱਖੜੀਆਂ ਖਰੀਦ ਲਈਆਂ? ਮੈਂ 6-7 ਲੈ ਲਈਆਂ ਅਭੀ ਤਾਂ। ਹਰ ਸਾਲ ਜਿਹੜਾ ਵਾ ਉਹ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਕਿੰਨੀ ਕੁ ਐਕਸਾਈਟਮੈਂਟ ਹੁੰਦੀ ਹੈ? ਬਹੁਤ ਜ਼ਿਆਦਾ ਐਕਸਾਈਟਮੈਂਟ ਹੈ, ਘਰ ਜਾਣਾ ਹੈ ਅਭੀ ਤਾਂ। ਬੀਇੰਗ ਅ ਗਰਲ, ਜਿਹੜਾ ਇਹ ਰੱਖੜੀ ਦਾ ਤਿਉਹਾਰ ਕਿੰਨਾ ਕੁ ਵਧੀਆ ਲੱਗਦਾ ਹੈ? ਬਹੁਤ ਅੱਛਾ ਲੱਗਦਾ ਹੈ। ਮਿਲਦਾ ਹੈ ਹਮੇਸ਼ਾ ਰੱਖੜੀ ਦੇ ਗਿਫਟ, ਜੋ ਮਰਜ਼ੀ ਦੇ ਦੇ। ਅਤੇ ਸਾਰੇ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ, ਜਿੱਥੇ ਵੀ ਸਾਰੀ ਦੁਨੀਆ ਦੇ ਭਰਾ ਜਿਹੜੇ ਵਸੇ ਹੋਏ, ਮੁੰਡਿਆਂ ਨੂੰ ਕੀ ਕਹਿਣਾ ਚਾਹੁੰਦੇ? ਬਸ ਵੀ ਪ੍ਰੇ ਕਿ ਸਾਰੇ ਠੀਕ ਰਹੇ। ਬਿਲਕੁਲ ਜੀ, ਸਾਰੀਆਂ ਭੈਣਾਂ ਜਿਹੜੀਆਂ ਨੇ ਉਹ ਇਸ ਦਿਨ ਇਹੀ ਦੁਆ ਕਰਦੀਆਂ ਨੇ ਕਿ ਜਿਹੜੇ ਉਹਨਾਂ ਦੇ ਭਰਾ ਨੇ ਉਹ ਬਿਲਕੁਲ ਜਿਹੜੇ ਆ ਉਹ ਤੰਦਰੁਸਤ ਰਹਿਣ, ਜਿੱਥੇ ਵੀ ਰਹਿਣ ਜਿਹੜੇ ਖੁਸ਼ ਰਹਿਣ, ਹਰ ਇੱਕ ਤਰ੍ਹਾਂ ਦੀ ਜਿਹੜੀ ਦੁਆ ਕਰਦੀਆਂ ਨੇ। ਅਤੇ ਉਸੇ ਦੁਆ ਦਾ ਪ੍ਰਤੀਕ ਹੈ ਕਿ ਜਿਹੜੀਆਂ ਅੱਜ ਭੈਣਾਂ ਨੇ ਉਹ ਰੱਖੜੀ ਖਰੀਦ ਰਹੀਆਂ ਨੇ ਆਪਣੇ ਭਰਾਵਾਂ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਅਵਜੋਤ ਕੌਰ। ਅਵਜੋਤ, ਕਿੰਨੀਆਂ ਰੱਖੜੀਆਂ ਖਰੀਦੀਆਂ? ਅਭੀ ਤੱਕ ਤਾਂ ਕੋਈ ਨਹੀਂ, ਅਭੀ ਅਸਲ ਸ਼ੋਪਿੰਗ। ਹਾਂ, ਰੱਖੜੀ ਦੇ ਤਿਉਹਾਰ ਨੂੰ ਲੈ ਕੇ ਕਿੰਨੇ ਕੁ ਐਕਸਾਈਟਡ ਹੋ? ਓਕੇ, ਐਕਸਾਈਟਡ ਹੈ। ਮਿਠਾਈ ਜ਼ਿਆਦਾ ਹਮੇ ਜ਼ਿਆਦਾ ਮਤਲਬ ਉਸਕਾ ਐਕਸਾਈਟਮੈਂਟ ਹੋਤਾ ਹੈ। ਠੀਕ ਹੈ। ਔਰ ਮਿਠਾਈ ਦੀ ਜਗ੍ਹਾ ਜਿਹੜੀ ਉਹ ਦੂਜੇ ਸਵੀਟਸ ਨੇ ਲੈ ਲਈ ਆ, ਡੱਬੇ ਬੰਦ ਆਉਣ ਲੱਗੇ, ਅਸੀਂ ਦੇਖ ਰਹੇ ਹਾਂ ਪਿੱਛੇ ਵੀ ਬਹੁਤ ਸਾਰੀਆਂ ਸਵੀਟਸ ਦੇ ਦਿੰਦੇ। ਤਾਂ ਤੁਸੀਂ ਕੀ ਪ੍ਰੈਫਰ ਕਰਦੇ ਹੋ, ਸਵੀਟਸ ਜਾਂ ਫਿਰ ਜਿਹੜੇ ਡੱਬੇ ਦੀਆਂ ਬੰਦ ਹੁੰਦੀਆਂ? ਐਕਚੁਅਲੀ ਆਈ ਵੁੱਡ ਪ੍ਰੈਫਰ ਕਿ ਮੈਂ ਖੁਦ ਆਪਣੇ ਭਾਈ ਕੇ ਲਈ ਕੁਛ ਸਪੈਸ਼ਲ ਖੁਦ ਕਰੂੰ। ਮਤਲਬ ਐਸਾ ਕੁਛ ਨਹੀਂ ਹੋਤਾ ਕਿ ਮੇਰੇ ਕੋਲ ਪੈਕ ਦੇਣਾ ਹੈ ਜਾਂ ਫਿਰ ਬਾਜ਼ਾਰ 'ਚ ਲਾ ਕੇ ਦੇਣਾ। ਇਟ ਇਜ਼ ਮੋਰ ਸਪੈਸ਼ਲ ਕਿ ਆਪ ਮਤਲਬ ਖੁਦ ਆਪਣੇ ਬ੍ਰਦਰ ਕੇ ਲਈ ਕਰੋ, ਬਿਕੋਜ਼ ਹੀ ਇਜ਼ ਡੂਇੰਗ ਐਫਰਟਸ ਟੂ ਮੇਕ ਮੀ ਸਪੈਸ਼ਲ, ਮੇਕ ਮੀ ਫੀਲ ਸਪੈਸ਼ਲ। ਕਿਉਂਕਿ ਆਪਕਾ ਬ੍ਰਦਰ, ਆਪਕਾ ਆਪਕੇ ਫਾਦਰ ਹਮੇਸ਼ਾ ਆਪਕੋ ਪ੍ਰਿੰਸੈਸ ਕੀ ਤਰ੍ਹਾਂ ਟ੍ਰੀਟ ਕਰਤੇ ਹੈ। ਤੋ ਦਿਸ ਇਜ਼ ਵਾਈ ਆਈ ਥਿੰਕ ਕਿ ਅਗਰ ਆਪ ਖੁਦ ਕਰਤੇ ਹੋ ਉਹ ਬੈਟਰ ਹੋਤਾ ਹੈ। ਇਹੀ ਕਾਰਨ ਹੈ ਕਿ ਜਿਹੜਾ ਰੱਖੜੀ ਦੇ ਤਿਉਹਾਰ ਦੀ ਕੁੜੀਆਂ ਦੇ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ। ਹਾਂਜੀ ਹਾਂਜੀ, ਉਹ ਤਾਂ ਹੁੰਦਾ ਅਸੀਂ ਤਿਆਰ ਹੋਣਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਹੁੰਦਾ ਵੀ ਅਸੀਂ ਜਾਈਏ ਮਾਰਕੀਟ ਦੇ ਵਿੱਚ ਰੱਖੜੀ ਖਰੀਦੀਏ ਅਤੇ ਮਹਿੰਦੀ ਲਗਾਈਏ, ਸੂਟ ਸਵਾਉਣਾ ਹੈ। ਮਤਲਬ ਮਹੀਨਾ ਪਹਿਲਾਂ ਅਸੀਂ ਰੌਲਾ ਪਾਉਣ ਲੱਗ ਜਾਂਦੇ ਵੀ ਨਹੀਂ ਅਸੀਂ ਕੱਪੜੇ ਖਰੀਦਣੇ ਆ, ਮੰਮੀਆਂ ਦਾ ਦਿਮਾਗ ਖਾਣਾ ਸ਼ੁਰੂ ਕਰ। ਜਿਹੜੇ ਭਰਾ ਸਾਰਾ ਸਾਲ ਲੜਦੇ ਰਹਿੰਦੇ ਨੇ ਲੜਦੇ ਰਹਿੰਦੇ ਨੇ, ਉਹ ਇੱਕ ਦਿਨ ਜਿਹੜਾ ਭੈਣ ਭਰਾ ਦਾ ਬਹੁਤ ਪਿਆਰ ਜਾਗ ਪੈਂਦਾ ਦੋਈ। ਹਾਂ, ਐਕਚੁਅਲੀ ਇਹ ਗੱਲ ਹੁੰਦਾ, ਮੈਂ ਵੀ ਆਪਣੇ ਬ੍ਰਦਰ ਨੂੰ ਫੋਨ ਕਰ ਰਹੀ ਸੀ ਕਿ ਹਾਂ ਤੂੰ ਆ ਜਾਈ ਹੁਣ, ਕਿਉਂਕਿ ਬਿਕੋਜ਼ ਹੀ ਇਜ਼ ਸਟੇਇੰਗ ਇਨ ਹੋਸਟਲ। ਤੋ ਹੀ ਇਜ਼ ਆਲਸੋ ਐਕਸਾਈਟਡ, ਉਹ ਕੱਲ੍ਹ ਆਏਗਾ ਸ਼ਾਮ ਕੋ, ਦੇਖਦੇ ਹਾਂ ਬਾਕੀ ਕਿਆ ਹੋਤਾ ਹੈ। ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਐਕਸਾਈਟਮੈਂਟ ਦੇਖ ਲਈ ਹੈ ਤੁਸੀਂ, ਇੱਕ ਭੈਣ ਦੀ ਐਕਸਾਈਟਮੈਂਟ ਹੈ ਕਿੰਨੀ ਜ਼ਿਆਦਾ। ਅਤੇ ਬਿਲਕੁਲ ਅਜਿਹਾ ਹੀ ਹੁੰਦਾ ਹੈ ਹਰ ਸਾਲ ਜਿਹੜਾ ਇਹ ਬਾਕੀ ਦਿਨ ਜਿਹੜੇ ਹੁੰਦੇ ਆ 364 ਦਿਨ ਜਿਹੜਾ ਉਹ ਅਸੀਂ ਇੱਕ ਦੂਜੇ ਦੇ ਨਾਲ ਲੜਦੇ ਹਾਂ, ਇੱਕ ਦੂਜੇ ਦੇ ਨਾਲ ਜਿਹੜਾ ਉਹ ਗਿਲੇ ਸ਼ਿਕਵੇ ਬਹੁਤ ਹੁੰਦੇ ਨੇ, ਪਰ ਜਦੋਂ ਰੱਖੜੀ ਦਾ ਤਿਉਹਾਰ ਆਉਂਦਾ ਹੈ ਤਾਂ ਆਟੋਮੈਟਿਕਲੀ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਜਿਹੜੀ ਆ ਉਹ ਇਸ ਤਰ੍ਹਾਂ ਦਾ ਫੀਲ ਆ ਜਾਂਦਾ ਹੈ ਕਿ ਬਹੁਤ ਚੰਗਾ ਜਿਹੜਾ ਹੈ ਮਹਿਸੂਸ ਹੁੰਦਾ ਹੈ। ਐਕਸਾਈਟਮੈਂਟ ਕਿੰਨੀ ਆ, ਰੌਣਕ ਕਿੰਨੀ ਆ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਲਈ ਹੈ, ਰੱਖੜੀਆਂ ਤਾਂ ਕਿੰਨੇ ਤਰ੍ਹਾਂ ਦੀਆਂ ਬਾਜ਼ਾਰ 'ਚ ਆਈਆਂ ਤੁਸੀਂ ਦੇਖ ਲਈਆਂ ਨੇ, ਆਹ ਜਿਹੜੀ ਸਜਾਵਟ ਹੈ ਵੀ
ਤੁਸੀਂ ਦੇਖ ਸਕਦੇ ਹੋ ਇਹ ਵੱਖ ਵੱਖ ਤਰ੍ਹਾਂ ਦੀ ਜਿਹੜੀ ਪੈਕਿੰਗ ਹੈ ਉਹ ਬਿਸਕਿਟਸ ਦੀ ਪੈਕਿੰਗ ਹੈ ਚੋਕਲੇਟਸ ਦੀ ਪੈਕਿੰਗ ਹੈ ਅੱਜ ਕੱਲ੍ਹ ਜਦੋਂ ਗੱਲ ਕੀਤੀ ਜਾਂਦੀ ਹੈ ਤਿਉਹਾਰਾਂ ਦੀ ਤਾਂ ਇੱਕ ਬਹੁਤ ਵੱਡਾ ਜਿਹੜਾ ਇਹ ਨਵਾਂ ਟ੍ਰੈਂਡ ਚੱਲ ਗਿਆ ਕਿ ਮਿਠਾਈਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਲੋਕ ਪਿੱਛੇ ਛੱਡਣਾ ਸ਼ੁਰੂ ਹੋ ਗਏ ਨੇ ਅਤੇ ਮਿਠਾਈਆਂ ਦੀ ਜਗ੍ਹਾ ਜਿਹੜੀ ਹੈ ਉਹ ਇਹਨਾਂ ਬੋਕਸਿਸ ਨੇ ਲੈ ਲਈ ਹੈ ਚਾਹੇ ਉਹ ਜਿਹੜੇ ਆ ਬਿਸਕਿਟਸ ਦੇ ਬੋਕਸ ਹੋਣ ਜਾਂ ਫਿਰ ਚੋਕਲੇਟਸ ਦੇ ਹੋਣ ਕੇਕ ਹੁੰਦਾ ਹੈ ਅਤੇ ਛੋਟੇ ਬੱਚਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਬਹੁਤ ਸਾਰੀਆਂ ਪੈਕਿੰਗਸ ਜਿਹੜੀਆਂ ਨੇ ਕੀਤੀਆਂ ਹੋਈਆਂ ਨੇ ਇਹ ਬੱਚਿਆਂ ਦੇ ਮੱਦੇਨਜ਼ਰ ਰੱਖਦੇ ਹੋਏ ਜਿਹਦੇ ਵਿੱਚ ਬਹੁਤ ਸਾਰੇ ਜੈਮਸ ਹੁੰਦੇ ਨੇ ਕੇਨ ਹੁੰਦੇ ਨੇ ਮੈਗੀ ਹੈ ਇਹ ਸਾਰਾ ਜਿਹੜਾ ਬੱਚਿਆਂ ਦੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਜਾਇਆ ਗਿਆ ਕਿਉਂਕਿ ਬੱਚੇ ਜਦੋਂ ਹੁੰਦੇ ਨੇ ਰੱਖੜੀ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਐਕਸਾਈਟਡ ਹੁੰਦੇ ਨੇ ਅਤੇ ਉਹਨਾਂ ਨੂੰ ਹੋਰ ਜ਼ਿਆਦਾ ਜਿਹੜੀ ਉਹਨਾਂ ਦੀ ਐਕਸਾਈਟਮੈਂਟ ਹੈ ਉਹਨੂੰ ਵਧਾਉਣ ਵਾਸਤੇ ਜਿਹੜਾ ਬਾਜ਼ਾਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਅਵੇਲੇਬਲ ਨੇ ਸੋ ਲੋਕਾਂ ਦਾ ਵੀ ਰੁਝਾਨ ਜਿਹੜਾ ਹੈ ਉਹ ਕਿਧਰੇ ਨਾ ਕਿਧਰੇ ਇਹਨਾਂ ਚੀਜ਼ਾਂ ਵੱਲ ਜਿਹੜਾ ਹੈ ਉਹ ਜ਼ਿਆਦਾ ਹੋਣ ਲੱਗ ਗਿਆ ਹੈ ਮਿਠਾਈਆਂ ਜਿਹੜੀਆਂ ਨੇ ਅੱਜ ਕੱਲ੍ਹ ਮਿਲਾਵਟ ਵੀ ਜਿਹੜੀ ਹੈ ਉਹਨਾਂ ਦੇ ਵਿੱਚ ਬਹੁਤ ਆ ਰਹੀ ਹੈ ਸੋ ਉਹ ਸਭ ਦੇ ਮੱਦੇਨਜ਼ਰ ਜਿਹੜਾ ਲੋਕ ਵੀ ਪ੍ਰੈਫਰ ਕਰਦੇ ਨੇ ਹੈਲੋ ਕੀ ਨਾਮ ਹੈ ਗੌਰੀ ਗੌਰੀ ਕੀ ਖਰੀਦਿਆ ਤੁਸੀਂ ਅਸੀਂ ਰਾਖੀ ਦੀ ਸ਼ੋਪਿੰਗ ਕਰ ਰਹੇ ਹਾਂ ਅਸੀਂ ਦੇਖਿਆ ਕਿ ਪਹਿਲਾਂ ਜਦੋਂ ਰੱਖੜੀ ਮਨਾਉਂਦੇ ਹੁੰਦੇ ਸੀਗੇ ਤਾਂ ਅਸੀਂ ਬਾਜ਼ਾਰ ਤੋਂ ਮਿਠਾਈਆਂ ਲੈ ਕੇ ਆਉਂਦੇ ਸੀ ਪਰ ਅੱਜ ਕੱਲ੍ਹ ਅਸੀਂ ਜਿਹੜਾ ਇਹ ਉਹ ਚੀਜ਼ਾਂ ਪ੍ਰੈਫਰ ਕਰਦੇ ਹਾਂ ਹਾਂ ਅਸੀਂ ਵੀ ਇਹੀ ਲੈਣ ਆਏ ਹਾਂ ਅੱਜ ਕੱਲ੍ਹ ਕੋਈ ਚੀਜ਼ਾਂ ਲੈਂਦਾ ਹੀ ਨਹੀਂ ਮਿਠਾਈਆਂ ਤਾਂ ਚਲਾ ਗਿਆ ਟਾਈਮ ਹੁਣ ਅਸੀਂ ਅੱਜ ਕੱਲ੍ਹ ਇਹ ਬਿਸਕਿਟ ਆ ਗਏ ਨਮਕੀਨ ਆ ਗਈਆਂ ਚੋਕਲੇਟ ਆ ਗਏ ਇਹਦੇ ਨਵੇਂ ਨਵੇਂ ਪੈਕਿੰਗ ਸਾਰਾ ਅਟਰੈਕਟ ਕਰਦੇ ਕਸਟਮਰ ਨੂੰ ਘਰ ਅਸੀਂ ਆਪਣੇ ਭਰਾ ਨੂੰ ਵੀ ਦਿੰਦੇ ਹਾਂ ਅਤੇ ਭਰਾ ਵੀ ਜਿਹੜਾ ਉਹ ਖੁਸ਼ੀ ਖੁਸ਼ੀ ਲੈਂਦਾ ਭਰਾ ਵੀ ਉੱਠ ਕਹਿੰਦੇ ਜੀ ਮਿਠਾਈਆਂ ਨਹੀਂ ਲੈਣੀਆਂ ਅਸੀਂ ਇੱਦਾਂ ਦੇ ਕੋਈ ਚੋਕਲੇਟ ਲਿਆਓ ਜਾਂ ਇੱਦਾਂ ਦੇ ਮੰਚਕਿਨ ਆ ਗਏ ਹੈ ਇਹ ਇੱਦਾਂ ਦੀ ਚੀਜ਼ਾਂ ਪ੍ਰੈਫਰ ਕਰਦੇ ਹਾਂ ਅੱਜ ਕੱਲ੍ਹ ਲੋਕ ਰੱਖੜੀ ਨੂੰ ਲੈ ਕੇ ਹਰ ਸਾਲ ਕਿੰਨੇ ਕੁ ਐਕਸਾਈਟਡ ਹੁੰਦੇ ਐਕਸਾਈਟਮੈਂਟ ਤਾਂ ਬਹੁਤ ਹੁੰਦੀ ਹੈ ਹਰ ਵਾਰੀ ਕਿ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਹੈ ਇਹਦੇ ਵੱਲ ਸਾਰੇ ਤਿਉਹਾਰ ਸ਼ੁਰੂ ਹੋ ਜਾਂਦੇ ਹੈ ਤਾਂ ਫਿਰ ਸਭ ਤੋਂ ਵਧੀਆ ਤਿਉਹਾਰ ਇੱਕ ਤਰ੍ਹਾਂ ਦੇ ਸਟਾਰਟਿੰਗ ਹੋ ਜਾਂਦੀ ਤਿਉਹਾਰਾਂ ਦੀ ਨਾ ਕੀ ਗਿਫਟ ਮਿਲਦਾ ਰੱਖੜੀ ਗਿਫਟ ਤਾਂ ਅਸੀਂ ਤਾਂ ਪ੍ਰੈਫਰ ਕਰਦੇ ਕਿ ਸਾਨੂੰ ਕੈਸ਼ ਚਾਹੀਏ ਉਹਦੇ ਨਾਲ ਅਸੀਂ ਸ਼ੋਪਿੰਗ ਕਰਾਉਂਦੇ ਕਿਸੇ ਦੀ ਪਸੰਦ ਆ ਲੈਣ ਨਾਲੋਂ ਅਸੀਂ ਆਪ ਹੀ ਆਪਣੀ ਸ਼ੋਪਿੰਗ ਕਰਿਆ ਬਸ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਇਸ ਕੁੜੀ ਨੇ ਜਿਹੜੀ ਉਹ ਬਹੁਤ ਸੋਹਣੀ ਗੱਲ ਕਹੀ ਹੈ ਅਤੇ ਸੱਚ ਦੱਸਿਆ ਕਿ ਅਸੀਂ ਅੱਜ ਕੱਲ੍ਹ ਪੈਸੇ ਲੈਣਾ ਜ਼ਿਆਦਾ ਪਸੰਦ ਕਰਦੇ ਹਾਂ ਇਨਸਟੈਡ ਆਫ ਗਿਫਟਸ ਹੈਲੋ ਹੈਲੋ ਕੀ ਨਾਮ ਹੈ ਹਰਸ਼ ਹਰਸ਼ ਕੀ ਖਰੀਦਦਾਰੀ ਕਰ ਰਹੇ ਹੋ ਰਾਖੀਜ਼ ਐਂਡ ਗਿਫਟਸ ਫੋਰ ਬ੍ਰਦਰਸ ਹਰ ਸਾਲ ਜਿਹੜਾ ਇਸੇ ਤਰ੍ਹਾਂ ਸ਼ੋਪਿੰਗ ਕਰਦੇ ਹੋ ਯਾ ਹਰ ਸਾਲ ਕੁਝ ਨਵਾਂ ਕੀ ਹੁੰਦਾ ਹੈ ਨਵਾਂ ਇਹ ਹੁੰਦਾ ਕਿ ਹਰ ਵਾਰ ਸਾਨੂੰ ਵੇਟ ਹੁੰਦੀ ਹੈ ਕਿ ਸਾਡਾ ਬ੍ਰਦਰ ਆਏਗਾ ਇਸ ਦਿਨ ਸਾਡੇ ਘਰ ਐਕਸਾਈਟਡ ਹੋ ਜਾਂਦਾ ਕੁੜੀਆਂ ਦਾ ਉਸ ਤੋਂ ਬਾਅਦ ਇਹ ਜਿਹੜੇ ਮੈਨੂੰ ਲੱਗਦਾ ਕਿ ਰੱਖੜੀ ਦਾ ਤਿਉਹਾਰ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਕਿਉਂਕਿ ਜਦੋਂ ਅਸੀਂ ਇਕੱਠੇ ਰਹਿੰਦੇ ਹੁੰਦੇ ਉਦੋਂ ਲੜਾਈ ਹੁੰਦੀ ਹੈ ਹਮੇਸ਼ਾ ਅਤੇ ਜਦੋਂ ਵਿਆਹ ਹੋ ਜਾਂਦਾ ਥੋੜ੍ਹਾ ਮਿਸ ਕਰਦੇ ਹੋ ਨਾ ਯੈਸ ਬਿਲਕੁਲ ਬਹੁਤ ਜ਼ਿਆਦਾ ਅੱਜ ਕੱਲ੍ਹ ਜਦੋਂ ਆਪਾਂ ਟ੍ਰੈਂਡ ਦੀ ਗੱਲ ਕਰਦੇ ਹਾਂ ਸਵੀਟਸ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਾਰੇ ਪ੍ਰੈਫਰ ਨਹੀਂ ਕਰਦੇ ਤੁਸੀਂ ਵੀ ਦੇਖ ਲਓ ਕਿ ਇਹ ਸ਼ੋਪਿੰਗ ਕਰ ਰਹੇ ਹੋ ਤਾਂ ਇਹ ਚੀਜ਼ਾਂ ਵਧੀਆ ਹੁੰਦੀਆਂ ਨੇ ਐਕਚੁਲੀ ਅੱਜ ਕੱਲ੍ਹ ਸਵੀਟਸ ਖਾਣਾ ਕੋਈ ਪਸੰਦ ਨਹੀਂ ਕਰਦਾ ਜ਼ਿਆਦਾ ਸ਼ੂਗਰ ਹੁੰਦੀ ਹੈ ਤਾਂ ਵੀਲ ਪ੍ਰੈਫਰ ਦੀਸ ਥਿੰਗਸ ਕਹਿਣਾ ਚਾਹੋਗੇ ਸਾਰੇ ਲੋਕਾਂ ਨੂੰ ਜਿੰਨੇ ਵੀ ਮੁੰਡੇ ਦੇਖ ਰਹੇ ਨੇ ਭਰਾਵਾਂ ਨੂੰ ਸਾਰਿਆਂ ਨੂੰ ਕੀ ਰੱਖੜੀ ਦਾ ਸੰਦੇਸ਼ ਦੇਣਾ ਚਾਹੋ ਰਕਸ਼ਾ ਕਰੇ ਆਪਣੀ ਭੈਣੋਂ ਕੀ ਇਹ ਗੱਲ ਇਹਨਾਂ ਨੇ ਸਹੀ ਕਿਹਾ ਕਿ ਸਾਰੇ ਭਰਾਵਾਂ ਨੂੰ ਜਿਹੜਾ ਹੈ ਉਹ ਗਿਫਟਸ ਤਾਂ ਜਿਹੜੇ ਆਪਣੀਆਂ ਭੈਣਾਂ ਨੂੰ ਦੇਣੇ ਚਾਹੀਦੇ ਨੇ ਪਰ ਇੱਕ ਜਿਹੜਾ ਵਚਨ ਜ਼ਰੂਰ ਹੈ ਉਹ ਸੁਰੱਖਿਆ ਦਾ ਉਹ ਦੇਣਾ ਚਾਹੀਦਾ ਹੈਲੋ ਕੀ ਨਾਮ ਹੈ ਮੰਨਤ ਮੰਨਤ ਇਹ ਤੁਹਾਡਾ ਬ੍ਰਦਰ ਹੈ ਅੱਛਾ ਰੱਖੜੀ ਬੰਨ੍ਹਣੀ ਹੈ ਲੈ ਲਈ ਹੈ ਰੱਖੜੀ ਕਿੱਦਾਂ ਦੀ ਲਈ ਹੈ ਸਪਾਈਡਰਮੈਨ ਸਪਾਈਡਰਮੈਨ ਪਸੰਦ ਹੈ ਹਾਂਜੀ ਗਿਫਟ ਕੀ ਤੁਸੀਂ ਲੈਣਾ ਵਾ ਇਸ ਨੇ ਮੈਨੂੰ ਡਰੈਸ ਦੇ ਕੇ ਆਪਕੋ ਪਸੰਦ ਆ ਗਈ ਔਰ ਤੋ ਨਹੀਂ ਕੁਛ ਕਹਿਣਾ ਨਹੀਂ ਆਪਕਾ ਕੀ ਨਾਮ ਹੈ ਅਵਿਰਾਜ 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 ਦੀਦੀ ਕੋ ਗਿਫਟ ਦਿਆ ਕਿਆ ਦਿਆ ਰਾਖੀ ਲੈ ਲਈ ਰਾਖੀ ਸੋ ਬਿਲਕੁਲ ਜੀ ਭੈਣ ਭਰਾ ਦਾ ਰਿਸ਼ਤਾ ਜਿਹੜਾ ਹੁੰਦਾ ਉਮਰ ਜਿਹੜੀ ਮਰਜ਼ੀ ਹੋਵੇ ਇਹ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੁੰਦਾ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਜਿਹੜਾ ਇਹ ਭਰਾ ਹੈਗਾ ਵਾ ਇਹ ਉਹਦੀ ਭੈਣ ਹੈਗੀ ਹੈ ਜਿਹਨੇ ਡਰੈਸ ਜਿਹੜੀ ਆ ਉਹ ਲਈ ਹੈ ਗਿਫਟ ਵਜੋਂ ਅਤੇ ਬਦਲੇ ਦੇ ਵਿੱਚ ਸਪਾਈਡਰਮੈਨ ਵਾਲੀ ਰੱਖੜੀ ਜਿਹੜੀ ਹੈ ਉਹ ਉਹਨੂੰ ਦਿੱਤੀ ਹੈਗੀ ਹੈ ਸੋ ਇਹ ਰਿਸ਼ਤਾ ਜਿਹੜਾ ਹੈ ਬੇਸ਼ੱਕ ਜਿਹੜੀ ਹੈ ਉਮਰ ਜਿੰਨੀ ਮਰਜ਼ੀ ਹੋ ਜਾਵੇ ਤਾਂ ਉਮਰ ਜਿਹੜਾ ਇਹ ਰਿਸ਼ਤਾ ਹੋਰ ਵੀ ਖੂਬਸੂਰਤ ਹੁੰਦਾ ਜਾਂਦਾ ਬਚਪਨ ਤੋਂ ਲੈ ਕੇ ਜਿਵੇਂ ਜਿਵੇਂ ਅਸੀਂ ਜ਼ਿੰਦਗੀ ਦੇ ਅਗਲੇ ਪੜਾਅ ਦੇ ਵਿੱਚ ਜਾਂਦੇ ਹਾਂ ਰਿਸ਼ਤਾ ਵੀ ਜਿਹੜਾ ਹੈ ਉਹ ਇਸੇ ਤਰ੍ਹਾਂ ਹੋਰ ਵੀ ਜਿਹੜਾ ਉਹ ਖੂਬਸੂਰਤ ਹੁੰਦਾ ਜਾਂਦਾ ਸੋ ਰੱਖੜੀ ਦੀਆਂ ਰੌਣਕਾਂ ਜਿਹੜੀਆਂ ਨੇ ਉਹ ਬਾਜ਼ਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਬਹੁਤ ਸੋਹਣੇ ਤਰੀਕੇ ਦੀਆਂ ਰੱਖੜੀਆਂ ਟ੍ਰੈਂਡ ਜਿਹੜਾ ਹੈ ਉਹ ਜਿਵੇਂ ਜਿਵੇਂ ਬਦਲ ਰਿਹਾ ਹੈ ਅਤੇ ਕਦੇ ਜਿਹੜੀ ਸਿਰਫ ਧਾਗੇ ਦੀ ਰੱਖੜੀ ਹੁੰਦੀ ਸੀ ਉਹ ਧਾਗੇ ਦੀ ਜਗ੍ਹਾ ਜਿਹੜੀ ਹੈ ਅੱਜ ਬਹੁਤ ਸੋਹਣੇ ਸੋਹਣੇ ਖੂਬਸੂਰਤ ਜਿਹੜੇ ਬ੍ਰੈਸਲੇਟਸ ਵਰਗੇ ਰੱਖੜੀਆਂ ਨੇ ਉਹਨਾਂ ਨੇ ਵੀ ਲੈ ਲਈ ਹੈ ਇੱਥੇ ਕੁੜੀਆਂ ਜਿਹੜੀਆਂ ਨੇ ਉਹ ਸ਼ੋਪਿੰਗ ਕਰ ਰਹੀਆਂ ਨੇ ਆਪਣੇ ਭਰਾਵਾਂ ਦੇ ਲਈ ਹੈਲੋ ਹੈਲੋ ਕੀ ਨਾਮ ਹੈ ਪੂਜਾ ਪੂਜਾ ਕਿੰਨੀ ਕੁ ਰੱਖੜੀ ਦੀ ਸ਼ੋਪਿੰਗ ਕਰਦੀ ਹੈ ਅਭੀ ਤੋਂ ਸਟਾਰਟ ਕੀ ਹੈ ਓਨੈਸਟਲੀ ਸਪੀਕਿੰਗ ਬਿਕੋਜ਼ ਮੈਂ ਬਿਜ਼ੀ ਸੀ ਕੋਚਿੰਗ ਕੇ ਕਾਰਨ ਇਹ ਬੜੀ ਹੁੰਦੀ ਹੈ ਨਾ ਕਿ ਜਦੋਂ ਰੱਖੜੀ ਦਾ ਤਿਉਹਾਰ ਸਿਰ 'ਤੇ ਆਇਆ ਹੁੰਦਾ ਤਾਂ ਕੁੜੀਆਂ ਨੂੰ ਬੜਾ ਹੁੰਦਾ ਕਿ ਹਾਂ ਰੱਖੜੀ ਵੀ ਲੈਣੀ ਹੈ ਘਰ ਦੇ ਵਾਸਤੇ ਸਮਾਨ ਵੀ ਖਰੀਦਣਾ
हाँ जी, बहुत ज़्यादा क्रेज़ होता है राखी का, स्पेशली कि हाँ छोटा भाई है उसके लिए राखी बाय करनी है, इसलिए छोटा भरा होंगे मैं उदो घर भी कह दें कि तो छोटा वा ये को की लैना तू है ना, बट बीइंग अ सिस्टर ये चीज़ होंगी कि नहीं मैं रखड़ी बनी है तो मैंने चाहिए है। जी हाँ जी श्योर, उसको बोलते हो कैडबरी दे दे चाहे, लेकिन तेरी पॉकेट मनी की होनी चाहिए चाहे वो भी दे दे वो भी चलेगी, मेरे को ये नहीं है कि ज़्यादा पैसे चाहिए या कम, चाहे जो भी चीज़ हो लेकिन तेरी पॉकेट मनी की होनी चाहिए। हाँ जी, जो ब्रदर छोटा होंगे तो खास करके सिस्टर जी ने रखड़ी के नाल होंगे कि मैं उसके लिए कुछ होर भी स्पेशल खरीदा। हाँ जी, जैसे वो अभी छोटा है तो उसको क्रिकेट का बहुत शौक है, डेट अपार्ट फ्रॉम राखी की, चाहे उसको मैं क्रिकेट के लिए बैट गिफ्ट करूँ या कुछ भी गिफ्ट करूँ कि उसको स्पेशल फील हो और उसको अच्छा लगे। बिकॉज मेरा मानना ये है कि ईयर्स में जितने भी रिचुअल्स होते हैं या फेस्टिवल्स होते हैं, हम सिर्फ मतलब कि लेते हैं भाइयों से, तो उनको देने का मतलब एक ही फेस्टिवल होता है राखी, कि जब हम उसके लिए कुछ स्पेशल कर सकते हैं, उसको स्पेशल फील करवा सकते हैं। राखी मुझे लगता है इज द ओनली फेस्टिवल जिहड़ा पूरी दुनिया च हर एक धर्म दे विच जिहड़ा है वो मनाया जाता है। हाँ जी हाँ जी हाँ जी, दिस इज़ द ओनली फेस्टिवल कि जो हर कोई रिलीजन मैटर नहीं करता कि आपका कोई भी रिलीजन हो, हर पर्सन हैप्पीली इसको सेलिब्रेट करता है। हर साल जो आप देख रहे हैं कि ट्रेंड बड़ा चेंज होता जा रहा है ना, कभी सिंपल रखड़ी होंगी सी धागे वाली, हूँ बहुत सारी मार्केट के वरायटी आ गई है, तो कि मतलब किदा का फील होंगे इन्नी सारी वरायटी देख के, कन्फ्यूजन होंगी है या फिर? सीरियसली दिस टाइम ऑल्सो आई एम सो कन्फ्यूज कि मैं कौन सी बाय करूँ कौन सी ना करूँ, बहुत सारी कन्फ्यूजन है, बिकॉज सभी राखी अच्छी है, सभी अच्छी है, लेकिन होता है कि एज यू नो एवरी सिस्टर वॉन्ट टू चूज द बेस्ट वन। सो रखड़ियाँ की रौनक असं देख रहे हैं, लोग किन्ने एक्साइटेड ने, पर दुकानदारों का भी एक अहम रोल हों जे सारिया चीज़ा लोगों के लिए लैके आते हैं। सो असं देख सकते हैं कि बहुत सारिया चीज़ा इतने पई हुई ने, मिठाइया की जगह जी है वो ड्राई फ्रूट्स ने, केक्स ने, बिस्कुट जोड़े इन्होंने लै ली है। सत श्रीकाल जी, की नाम है? अनुज, हर साल जोड़ा है तुम की नवा लैके आते हो लोगों वास्ते? केक्स एंड कुकीज़। देखा है कि पहला जरा रुझान होंगे सी मिठाइया वाल, गुलाब जामुन, रसगुल्ले, वो जो लगते सी ना बाहर दुकाना वड्डी वड्डी, वो ट्रेंड कितना ना कितना खत्म होंगे जा रहा है? फर्क तो है ही है जी थोड़ा सा, कस्टमर का रुझान थोड़ा, बिस्किट्स हो गए, केक्स हो गए, लाइफ भी होती है इनकी, 10-15 डेज स्टे कर जाते हैं, तो ध्यान नेचुरली इसकी तरफ ज़्यादा है। क्वालिटी की गल करते, क्वालिटी वाइज कि मतलब वधिया होंगे? क्वालिटी वाइज साड़ी तो अपनी मैनुफैक्चरिंग है रियल बेकरी सैक्टर 15, क्वालिटी का पूरा ध्यान रखना ही पैदा। आप रेट की कंपेरिजन करिए मुकाबले स्वीट्स के, तो इन्हों का रेट स्वीट्स नो कि रेट्स भी घट है, रेट्स मिठाई का डब्बा लेंगे 500-600 रुपये का आता, कुकीज़ का बॉक्स 300-350 रुपये की अच्छी रेंज मिल जाती है, चॉइस भी काफ़ी। जब गल करिए दुकानदारी की, तो पिछले साल के मुकाबले इस बार सेल वधी है या घटी है? वधी है जी, घटी है। जी एस टी का जो प्रभाव से घट हो रहा कितने कितने हूँ? जी एस टी का हाँ थोड़ा लोगों को यूज टू हो ही जा रहे हैं, हम लोग भी यूज टू हो गए, ठीक है। पिछले साल के मुकाबले इस पर वधिया हो रही है। तो बिल्कुल जरा इन्होंने गल की कि ये जड़े सुकिया मिठाइया कह दिए, जिदा ड्राई फ्रूट है सुका या फिर एक केक है, जड़े बिस्किट है, ये जितने फ्रैश तो होंगे ने, ये फ्रैश होने जोड़ा है वो सस्ते भी पेंदे, लोगों सस्ते भी पेंदे ने, जोड़ा है उन्होंने जेब के उपर भी जोड़ा वो ज़्यादा बोझ नहीं पैंता। सो सस्ते भी ने, फ्रैश भी ने, क्वालिटी भी वधिया है, तो इस करके लोग जोड़ा है वो इन चीज़ों ज़्यादा प्रैफर करते हैं। देख सकते हो तुम थान थान से जोड़ा बाज़ार ये स्वीट्स जड़िया ने लगिया हुई ने, यो वाली मिठाइया ने जिन्हों नवे ट्रेंड की मिठाई कह सकते हैं, जिन्होंने पुराना जोड़ा है उन्होंने थान लै ली है। अज गुलाब जामुन तो रसगुल्ले खाना मैंने लगता कि लोग घट पसंद करते हैं, पर इन चीज़ों वाले जो लोग ज़्यादा जोड़ा है उन्होंने रुझान हो गया। सत श्रीकाल जी, की नाम है? अंकुर। अंकुर, पिछले साल के नालों इस साल की नवा आया इतने? नवा इस बार हल्दीराम वालों ने निकाले हैं चने के लड्डू, तो बर्फी। अच्छा हाँ जी, ये चने के लड्डू जोड़े आक्सर देखा मिठाई दुकानों पर भी मिलते हैं, उन्होंने कि डिफरेंट है क्वालिटी? उन्होंने बहुत ज़्यादा बेटर है। प्राइस? प्राइस सेम सेम प्राइस। लोग किन्ना क ज़्यादा जोड़ा है इन चीज़ों वाल आकर्षित हो रहे हैं, लोगों का रुझान बढ़ रहा है? अभी तो कुछ खास नहीं। पिछले साल के मुकाबले कितनी सेल हुई है इस बार? अभी तो थोड़ा काम वो है, स्लो है काम। कारण की है? कारण तो कोई कारण नहीं है,
ठीक है, बहुत बहुत शुक्रिया। सो बिल्कुल जी, इन्होंने गल कही कि जिहड़ा बाजार दे विच जिहड़ियां कई मिठाइयां जिहड़ियां सी जिहड़ियां सिर्फ मिठाई दी दुकानां ते अवेलेबल हुंदियां सी, पर वह जिहड़ियां ने वह भी लड्डू हो गए या फिर पतीसा हो गया, वह जिहड़ियां मिठाइयां ने वह भी अज डब्बा बंद जिहड़ियां ने वह आउण लग गईयां ने। सो जिवें जिवें समां अगे जा रहा है, उस तरह तुसीं देख सकते हो कि लोगों की भीड़ जिहड़ी है वह भी वधदी जा रही है। रखड़ी दे त्यौहार नूं लैके लोगों की जिहड़ी एक्साइटमेंट है वह भी बहुत ज़्यादा वधदी जा रही है। लोग जिहड़े ने वध चढ़ के रखड़ियां की शॉपिंग कर रहे हैं। हाँ जी, की नाम है? तो इस बार के नवा आया है रखड़ियां दे विच, किस नवे डिजाइन दी रखड़ियां आई हैं? सारी आई हैं, चंदन की, लुम्बा, रुद्राक्ष, एंटीक में राजस्थानी रखड़ी, यानी कि लोगों के कोल बहुत ज़्यादा ऑप्शन है। हाँ जी, बहुत सारी। तो जेकर प्राइस की गल करिए तो किन्ने तो रखड़ी शुरू हो रही है तो कितने तक जा रही है? स्टार्ट होकर 500 तक रखड़ी, 20 से स्टार्ट होकर 500 तक रखड़ी। तो 20 रुपए वाली रखड़ी तो 500 वाली दे विच एक सब तो वड्डा डिफरेंस की? उसमें कुंदन और रुद्राक्ष है जो बड़ी 3 साल से डिमांड आ रही थी राखी की, वो पूरी हो गई है। तो लोगों का किन्ना क जिहड़ा रुझान है, किन्नियां क रखड़ियां जिहड़े लोग खरीद रहे हैं? बहुत खरीद रहे हैं, जिसके जितने भाई है उतनी खरीद रहे हैं। सो बिल्कुल जिहड़ा तुसीं देखिया 20 रुपए तो लैके 500 रुपए तक जिहड़ी रखड़ी है वह आई हुई है, यानी कि एक हर परिवार का ध्यान रखा गया है। गरीब तो लैके मध्य वर्गीय परिवार तो लैके हर एक तरह का जिहड़ा है वह रखड़ी लोगों के लिए लिया गई है, यानी कि किसी को भी अजिहा फील ना हो कि वह जिहड़ा है वह रखड़ी नहीं खरीद सकता। हर किसी के बजट के हिसाब न जिहड़ी है वह रखड़ी बनाई गई है, ताजो हर कोई जिहड़ा है वह रखड़ी जिहड़ा वह खरीद सके, हर कोई जिहड़ा है अपने भरा दे रखड़ी बन सके। सत श्री अकाल जी। सत श्री अकाल। की नाम है? नवप्रीत सिंह। नवप्रीत, इतने देखा कि बहुत सारिया कुड़ियाँ रखड़ी खरीद रही ने, सो तुसी की करना आए हो? मैं अपने फ्रेंड नाल आया, लैब मेट नाल आया। हाँ जी, रखड़ी के त्यौहार को लेकर कितना एक्साइटेड हो? मेरी कोई भैन नहीं हैगी तो मैनू, मैं एक्साइटेड नहीं गा क्योंकि बहुत बार देखे कि बड़े सारे दद लोग होंगे ने जहाँ की अपनी भैन या अपना भरा नहीं होंगे, बट फिर भी जोड़ा है वो त्यौहार जोड़ा है वो सैलीब्रेट करते हैं। सो रखड़ी के त्यौहार में तुम किस तरह देखते हो? मैं कभी किया ही नहीं अज तक सैलीब्रेट, तो कुछ भी। हाँ जी, किस तरह का लगता है त्यौहार? ठीक है जी। रौनक देख के कि लग रहा है? अच्छा लग रहा है। कमी महसूस होंगी? हाँ जी। शुक्रिया। सो बिल्कुल जी, वह बहुत कर्मा वाले होंगे ने भरा जिन्हों दैं होंदिया ने, जिन्हों के गुट के उपर रखड़ी सजादियां ने, क्योंकि वह भरा जोड़े आ वो अपनी भैनों की कमी बहुत महसूस करते हैं, जिन्हों दैं नहीं होंदिया हुणे हुणे कह के हटे ने लवप्रीत की उन्हों की भैन नहीं है। सो बच्चों के जेकर देखा जाए बच्चों लैके रखड़ी की बहुत सारी ऑप्शन जी है वह बाजार के है, तुम देख सकते हो बच्चों लुभाने वास्ते, क्योंकि अक्सर जो छोटे बच्चे होंगे ने तो वह रखड़ी बनाने वास्ते छेती मानते नहीं, सो उन्होंने अपने वाल अट्रैक्ट करन दे लई तुसी देख सकते हो बच्चों के फेवरेट कार्टून करैक्टर्स जिहड़े ने वह बनाए गए हैं रखड़ी के वजों। धागा जिहड़ा बहुत छोटा जिहा दिता गया हुंदा है ते इन्ना वड्डा सारा जिहड़ा है वह उन्हां दा कार्टून करैक्टर लगाया गया है, तां जो बच्चे जिहड़े ने वह ज़्यादा तो ज़्यादा अट्रैक्ट हो सकन ते बच्चे जिहड़े ने अपने गुट ते रखड़ी बना सकन, क्योंकि बच्चे हमेशा जिहड़े नखरे करदे ने। सत श्री अकाल जी। की नाम है? जनैल सिंह जी। रखड़ियां दे त्यौहार नूं लै के जिहड़ा बाजार दे विच रौनकां लगियां होईयां ने, किदां दा लग रिहा देख के? साल जिहड़ा रखड़ी नूं लैके की खास हुंदा है तुसीं अपने पद्धर ते जे देखो तां, तुसीं की करदे हो खास अपनी भैणां लई? जोन की डिमांड होंदी मैं तां वही पूरी करदा हुंदा। अच्छा, ते हर साल जिहड़ा भैणां रखड़ी बन्नण आंदियां ने? नहीं नहीं, मैं कदों जांदा। बहुत एक वधिया गल हुंदी है, मैनूं लगदा है कि जो भैणां ना आ पाण दूर हो जाण तां भरा नूं जिहड़ा खुद वी उत्थे चले जाणा चाहीदा है ना? मैं तो छोटी दी मेरी जाई जांदी कल दी। ਜਦੋਂ ਅੱਗੇ ਅਸੀਂ ਇਸ ਉਮਰ ਦੇ ਵਿੱਚ ਆ ਜਾਂਦੇ ਹਾਂ ਕਿ ਆਪਣੀਆਂ ਭੈਣਾਂ ਨੂੰ ਵੀ ਦੇਖਣਾ ਹੁੰਦਾ ਹੈ, ਬੱਚਿਆਂ ਨੇ ਵੀ ਅੱਗੇ ਜਿਹੜਾ ਰੱਖੜੀ ਬੰਨਣੀ ਹੁੰਦੀ ਹੈ ਘਰੇ, ਸੋ ਸਭ ਕੁਝ ਕਿੱਦਾਂ ਮੈਨੇਜ ਕਰਦੇ ਹੋ? ਸਭ ਕੁਝ ਸਾਥ ਲੈ ਕੇ ਚੱਲਦੇ ਹਾਂ, ਪਰਿਵਾਰ ਵੀ ਇੱਕ ਸਾਥ ਜੇ ਕੀ ਜਗ੍ਹਾ ਤੋਂ ਲਾ ਲੈਂਦੇ ਸਭੀ ਜਣੇ। ਤੇ ਜੇ ਬਾਜ਼ਾਰ ਦੀ ਗੱਲ ਕਰੀਏ ਸੋ ਆਪਣੇ ਸਮੇਂ ਤੋਂ ਲੈ ਕੇ ਹੁਣ ਤੱਕ ਕੀ ਬਦਲਾਵ ਦੇਖਿਆ ਹੈ ਰੱਖੜੀਆਂ ਦੇ ਤਿਉਹਾਰ ਨੂੰ ਲੈ ਕੇ? ਰੱਖੜੀਆਂ ਵਿੱਚ ਬਦਲਾਵ ਦੇਖਿਆ ਜੀ, ਹੁਣ ਪਹਿਲੇ ਜੈਸੇ ਰਾਖੀ ਨਹੀਂ ਮਿਲਦੀ, ਜੋ ਪਹਿਲੇ ਹੁੰਦੀ ਸੀ ਨਾ ਜੀ, ਉਸ ਟਾਈਮ ਤੋਂ ਰਾਖੀ ਹੁਣ ਤੋਂ ਰਾਖੀ ਨੂੰ ਗਹਿਣੇ ਜੈਸੇ ਲੱਗਦੀ। ਹਾਂਜੀ ਇੱਕ ਬੜੀ ਸਹੀ ਗੱਲ ਕਹੀ ਹੈ ਕਿ ਅੱਜ ਕੱਲ੍ਹ ਰੱਖੜੀਆਂ ਜਿਹੜੀਆਂ ਨੇ ਉਹ ਰੱਖੜੀਆਂ ਨਹੀਂ ਨੇ ਉਹ ਗਹਿਣੇ ਲੱਗਣ ਲੱਗ ਗਈਆਂ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਸਜਾਵਟ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਮੀਨਾ। ਖਰੀਦਦਾਰੀ ਹੋ ਗਈ ਸਾਰੀ? ਬਸ ਕਰ ਰਹੇ ਹਾਂ। ਕਿੰਨੀਆਂ ਰੱਖੜੀਆਂ ਖਰੀਦੀਆਂ? ਮੈਂ ਤਾਂ ਬਹੁਤ ਖਰੀਦੀ ਹੈ। ਅੱਛਾ, ਸੋ ਹਰ ਰੱਖੜੀ ਦੇ ਵਿੱਚ ਕੀ ਖਾਸ ਹੈ? ਪਿਆਰ, ਬਸ ਸਾਰੀਆਂ 'ਚ ਹੀ ਹੈ? ਬਸ ਉਹ ਤਾਂ ਕੁਛ ਨਹੀਂ, ਸਾਲ ਮੈਂ ਇੱਕ ਵਾਰ। ਹਾਂ ਹਾਂ, ਵੀ ਰੱਖੜੀਆਂ ਲੈਣੀਆਂ ਹੋਣ ਪਰ ਫਿਰ ਵੀ ਕੋਸ਼ਿਸ਼ ਹੁੰਦੀ ਹੈ ਨਾ ਕਿ ਜਿੰਨੀਆਂ ਵੀ ਲੈਣੀਆਂ ਵੱਖ ਵੱਖ ਡਿਜ਼ਾਈਨ ਦੀਆਂ ਹੋਣ। ਬੈਸਟ, ਹਾਂ। ਹੋਰ ਪਿਛਲੇ ਸਾਲ ਨਾਲੋਂ ਇਸ ਵਾਰ ਕੀ ਵੱਖਰਾ ਹੈ?
वो तो होती है, हर साल ही होती है, इंप्रूव होके आता है कुछ भी। एक लेडी स्पेशल सवाल, महंगाई कितनी का? भाई जिनके पास तो पैसा है उनके लिए तो कुछ भी नहीं है, जिनके पास नहीं है उनके लिए तो हर साल नेचुरली महंगाई है। शादी करके गया था, आया नहीं इस बार राखी पे, पोस्ट कर दी, पहुंच गई, फोन आ गया था, पहुंच गया बस। बाकी सारे फेस्टिवल अपनो के साथ ही अच्छे लगते हैं। छोटे होंदे वही भरा जिन्हां दे नाल इन्नी लड़ाई हुंदी हुंदी सी, हुण उहनां नूं रखड़ी बन्नण जांदे नहीं दूर करना। जिन्ना एक्साइटमेंट लेवल तुहाडे च आ, बच्चियां दे विच वी उन्ना ही है। होर सारे सारे मिस करदे सारिआं नूं। बहुत बहुत शुक्रिया। सो बिल्कुल जी, रखड़ी दा जिहड़ा है त्यौहार मनाउण दी सारिआं दे विच जिहड़ी है उह बहुत होड़ लगी हुई है। सब तो वध जिहड़ा इक तो इक वध सब रखड़ी दा त्यौहार मना रहे ने, सब कुछ कह रहे ने कि असीं सब तो वध रखड़ी लईए अपने भरा दे लई। सब तो सोहणी, की नाम है? चांदी की रखड़ी लाभ रहे हो मैं तो चांदी की रखड़ी लाभ रहे हो। ਤੁਸੀਂ ਚਾਂਦੀ ਦੀ ਰੱਖੜੀ ਤੇ ਲੈ ਕੇ ਜਾ ਰਹੇ ਹੋ ਤੇ ਡਿਮਾਂਡ ਵੀ ਕੋਈ ਸਪੈਸ਼ਲ ਹੈ ਭਰਾ ਦੇ ਕੋਲੋਂ? ਨਹੀਂ ਨਹੀਂ, ਉਸਨੇ ਕੁਝ ਵੀ ਨਹੀਂ ਬੋਲਾ, ਵੇ ਤਾਂ ਮੇਰੀ ਉਹ ਹੈ ਇੱਛਾ ਕਿ ਡਿਮਾਂਡ ਕਰਕੇ ਜਾ ਰਹੇ ਹੋ? ਮੈਂ ਵੀ ਕੁਝ ਮਨ ਮੇ ਸੋਚਾ ਹੀ ਆ, ਆਪਣੇ ਮਨ ਸੇ ਦੇਗਾ ਉਹ। ਤੁਸੀਂ ਆਪਣੇ ਵੱਲੋਂ ਸੋਚ ਕੇ ਜਾ ਰਹੇ ਹੋ ਕਿ ਮੈਂ ਵੀ ਜੇ ਤੈਨੂੰ ਚਾਂਦੀ ਦੀ ਰੱਖੜੀ ਦੇ ਰਹੀ ਹਾਂ ਤਾਂ ਮੈਂ ਵੀ ਬਕਾਇਦਾ ਉੱਦਾਂ ਦਾ ਗਿਫਟ ਲੈਣਾ? ਹਾਂਜੀ ਬਿਲਕੁਲ, ਐਸਾ ਹੀ ਸੋਚ ਰਹੇ। ਬਾਜ਼ਾਰ ਦੇ ਵਿੱਚ ਕਿੰਨਾ ਦਾ ਕਿੱਦਾਂ ਦੀਆਂ ਰੱਖੜੀਆਂ ਦਾ ਮਾਹੌਲ ਬਣਿਆ? ਹਾਂ ਬਾਜ਼ਾਰ ਮੈਂ ਬਹੁਤ ਵਰਾਇਟੀ ਵਰਾਇਟੀ ਕੀ ਹੈ, ਕੋਈ धागे में है, कोई कैसी रखड़ी है, अभी कोई इतनी नॉलेज तो है नहीं रखड़ियों की। पर सो बाज़ार दे विच जिहड़ा तुसीं देख लेता है माहौल कितना सोहना बनिया, हर कोई जिहड़ा है वह रखड़ी का त्यौहार मनाउण वास्ते आया, हर कोई जिहड़ा है वह अपने भरा दे लई जिहड़ी है सब तो सोहनी रखड़ी जिहड़ी है लैणा चाहुंदी है। हर भैण चाहुंदी है कि मेरे भरा दे गुट ते जिहड़ी रखड़ी सजे वो सारी दुनिया की रखड़ियों के नालों जिहड़ी वह बेस्ट होनी चाहीदी है। सो बिल्कुल इस तरह जिहड़े साडे दर्शक विदेशों के बैठ रहे हैं, जिन्हां दीआं भैणां जिहड़ियां ने इत्थे रहिंदियां ने पर खुद विदेशों के बैठ के प्रोग्राम देख रहे हैं, असीं उम्मीद करते हैं कि तुसीं भी सारे ने जिहड़ा वह रखड़ी का त्यौहार बहुत सोहने तरीके दे नाल मनाया होगा। तो एक बार फिर तो जस पंजाबी ਦੇ ਸਾਰੇ ਹੀ ਦਰਸ਼ਕਾਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤਵੀਰ ਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।